नीतू मेरी गल तो सुन। पिंकी नू जाके सुना। ओए ओ चिट्ठी मैं तेनू देने लई लिखी सी। ते फड़ाती उनू, इन्नी शक्ल मिलदी है ना मेरी ओदे नाल। वैसे तुसी ते प्रोग्राम बणा ही लिया सी ओदे नाल भज्जण दा। ओए ओनू मैं की भजाउणा, ओ तो मैं आप भज्जदा फिरदा। अच्छा चिट्ठी च मैं लिखिया नहीं सी वी आ दुबारे भज चलीए। ओ दुबारे भज चलीए मैं तेनू ही लिखूंगा। ओनू क्यों लिखूंगा, क्योंकि पहली बार भी तू ही मेरे नाल भज्जी सी। भाभी जी गोल्डी, तू तू इनू किद्दां जानदा है? मैं एदा दोस्त हां। एदा दोस्त? हां जी। ते साडे घरे कुक की खिचड़ी पका रहे हैं? दरअसल लंबी कहानी है, कि फिर दसांगा। फिलहाल तुसी अपनी मुका लो, साडा पेट्रोल भी मुक्कण वाला है। शिवेंद्र हुण साडे विच फासला बहुत वध गया है। तेरा भलेखा ही है, फासला सिर्फ 3 फुट दा ही है। तू ऐ कर, स्कूटरी इहनू फड़ा ते आ पा के मेरे पिछे बैठ, गल मुक्की। जे गल इन्ने नाल मुकदी हुंदी ते रोणा काहदा सी? फिर होर की गल है यार, आ लै गारंटी। तू ऐ कर, मेरा एटीएम कार्ड भी रख लै। जे इस अकाउंट च कदे भी 1 लाख रुपए तो घट होया ना, फिर भावें दोबारे छड्ड के चली जाई। होर दस। शिवेंद्र गल सिर्फ पैसिआं दी नहीं हैगी है। फिर होर की गल है यार। हाँ सच, तेरे तो दूर रह के मैं रोटी ते सब्जी इन्नी स्वाद बनाउणी सीख गया। गाजर मटर जे मेरे तो बाद कोई स्वाद बना देना, फिर पर मैं छड़ के चली जाई। होर दस। सच ते ए शिवेंद्र कि तेनू साडी कोई लोड़ ही नहीं, ताही तू इन्ने दिन साडे तो दूर रह के खुश रहे। दूर तो मैं तू तो एक दिन भी नहीं रहा, हमेशा तेरे ते मन दे नाल ही रहा। तेरी गलत फहमी है, तू पिंकी नाल रहा होएगा। ओ यार मैं तो थोड़े घर नौकरी करदा नहीं, तू मैं ही तो सतनामा थोड़ा ड्राइवर। हाँ हाँ ਦਿਹਾੜੀ 16 ਘੰਟੇ ਤਾਂ ਸਤਨਾਮ ਤੇਰੀ ਖਿਦਮਤ 'ਚ ਰਹਿੰਦਾ। ਪਿੰਕੀਆਂ ਵਾਸਤੇ ਟਾਈਮ ਕਿਹਦੇ ਕੋਲ ਸੀ? ਆਈ ਡੋਂਟ ਬਿਲੀਵ ਇਟ। ਤੂੰ ਸਤਨਾਮ? ਜਿਸ ਦਿਨ ਤੂੰ ਤੇ ਤੇਰੀ ਫੈਮਿਲੀ ਨੇ ਮੈਨੂੰ ਮੰਨਤ ਦੇ ਸਕੂਲ 'ਚ ਭਜਾਇਆ ਸੀ ਨਾ, ਉਸ ਦਿਨ ਮੈਨੂੰ ਸਮਝ ਆ ਗਈ ਸੀ ਵੀ ਮੰਨਤ ਨੂੰ ਮਿਲਣ ਦਾ ਹੁਣ ਹੋਰ ਕੋਈ ਤਰੀਕਾ ਨਹੀਂ ਹੈਗਾ। ਤਾਂ ਹੀ ਸਭ ਕੁਝ ਆਪਣੀ ਬੇਟੀ ਨੂੰ ਵੇਖਣ ਵਾਸਤੇ ਕੀਤਾ ਸੀ, ਰਾਈਟ? ਜੇ ਮੈਂ ਆਪਣੀ ਬੇਟੀ ਨੂੰ ਹੀ ਦੇਖਣਾ ਹੁੰਦਾ ਨਾ, ਤਾਂ ਉਹਦੇ ਸਕੂਲ ਮੂਰੇ ਕੁਲਫੀਆਂ ਦੀ ਰੇਹੜੀ ਵੀ ਲਾ ਸਕਦਾ ਸੀ, ਪਰ ਰਹਿਣਾ ਤਾਂ ਮੈਂ ਉਹਦੇ ਨਾਲ ਚਾਹੁੰਦਾ ਜਿਹਨੇ ਮੰਨਤ ਨਾਂ ਦਾ ਮੈਨੂੰ ਗਿਫਟ ਦਿੱਤਾ। ਨਾਲੇ ਤੂੰ ਕਹਿੰਦੀ ਸੀ ਨਾ ਮੈਂ ਨੌਕਰੀ ਨਹੀਂ ਕਰ ਸਕਦਾ, ਤੇਰੇ ਪਿਆਰ 'ਚ ਉਹ ਵੀ ਕਰਕੇ ਦਿਖਾਤੀ ਅਤੇ ਕੀਤੀ ਪੂਰੀ ਇਮਾਨਦਾਰੀ ਦੇ ਨਾਲ। ਉਹ ਗੱਲ ਵੱਖਰੀ ਹੈ ਵੀ ਹੁਣ ਸਾਰੀ ਗੱਲ ਖੁੱਲ੍ਹ ਗਈ। ਮੈਨੂੰ ਪਹਿਲੀ ਤਨਖਾਹ ਵੀ ਨਹੀਂ ਮਿਲੀ, ਪਰ ਮੈਂ ਸੋਚਿਆ ਇਹ ਸੀ ਜਦੋਂ ਮੈਨੂੰ ਪਹਿਲੇ ਮਹੀਨੇ ਦੀ ਤਨਖਾਹ ਮਿਲੂ ਨਾ, ਤੈਨੂੰ ਚਾਂਦੀ ਦੀਆਂ ਝਾਂਜਰਾਂ ਬਣਾ ਕੇ ਦਊਂਗਾ। ਸੱਚੀ ਤੈਨੂੰ ਪਤਾ ਸ਼ਵਿੰਦਰ, ਤੇਰੀ ਇਹ ਛੋਟੀ ਛੋਟੀ ਲਾਪਰਵਾਹੀਆਂ ਨੇ ਮੈਨੂੰ ਕਿੰਨੀ ਚੁਭਨ ਦਿੱਤੀ ਹੈ। ਉਹ ਮੈਂ ਤਾਂ ਜਿਹੜੀ ਚੁਭਨ ਦਿੰਦਾ ਸੀ ਦਿੰਦਾ ਸੀ, ਪਰ ਹੁਣ ਬਸ ਕਰ ਬਾਬਾ, ਸਤਨਾਮ ਵਾਲੀ ਦਾੜੀ ਮੈਨੂੰ ਬਹੁਤ ਚੁਭਨ ਦਿੰਦੀ ਹੈ। ਭਾਬੀ ਜੀ ਇਹ ਤਾਂ ਕੁਛ ਵੀ ਨਹੀਂ ਸੀ ਹੁੰਦਾ, ਡਰਾਈਵਰ ਬਣ ਗਿਆ, ਚਲੋ ਇਹਦੀ ਤਾਂ ਪ੍ਰਮੋਸ਼ਨ ਹੀ ਹੋਈ ਹੈ ਨਾ। ਇੱਧਰ ਸਾਡੇ ਵੱਲ ਵੇਖੋ, ਫਿਊਚਰ ਦਾ ਟੌਪ ਦਾ ਪੌਪ ਸਟਾਰ, ਆਪਣੇ ਯਾਰ ਪਿੱਛੇ ਪਕੌੜਾ ਮੇਕਰ ਬਣ ਗਿਆ ਤੁਹਾਡੀ ਰਸੋਈ 'ਚ। ਫਿਰ ਉਹਦਾ ਕੀ ਕਰੀਏ? ਕਿਹਦਾ? ਮੇਰੀ ਭੂਆ ਦਾ, ਜਿਹੜੀ ਸਤਨਾਮ ਜੀ ਨੂੰ ਦਿਲ ਦੇਈ ਬੈਠੀ ਹੈ। ਚਲੋ ਉਹ ਤਾਂ ਸਾਡੇ ਯਾਰ ਕੋਲ ਸੈਕਿੰਡ ਆਪਸ਼ਨ ਹੋ ਗਈ ਨਾ, ਜੇ ਤੁਸੀਂ ਨਾ ਮੰਨੇ ਭਾਬੀ ਜੀ ਅਗਲਾ ਤੁਹਾਡਾ ਫੁੱਫੜ ਤੇ ਬਣ ਹੀ ਜਾਏਗਾ ਨਾ ਦਾੜੀ ਲਾ ਕੇ। ਤੂੰ ਫਿਕਰ ਨਾ ਕਰ, ਵੱਡੇ ਛੋਟਿਆਂ ਵਾਸਤੇ ਕੁਰਬਾਨੀਆਂ ਦਿੰਦੇ ਆਏ ਨੇ। ਮਤਲਬ ਸਤਨਾਮ ਜੀ ਨੂੰ ਮਰਨਾ ਪੈਣਾ। ਕਿਉਂ ਸਤਨਾਮ ਜੀ, ਮਰੋਗੇ ਨਾ? ਮਰੂੰਗਾ ਤਾਂ ਇਹੋ ਜਿਹਾ ਪੁੱਤਰ ਤੂੰ ਯਾਦ ਰੱਖੇਗਾ।